ਦੋਸਤੋ ਇਸ ਵੀਡੀਓ ਚ ਆਪਾਂ ਗੱਲਬਾਤ ਕਰਨੀ ਹੈ ਟੌਪ 15 ਐਸਯੂਵੀ ਜਿਹੜੀਆਂ ਅਗਸਤ 2024 ਚ ਬਹੁਤ ਜ਼ਿਆਦਾ ਵਿਕੀਆਂ ਨੇ ਜਿਨ੍ਹਾਂ ਦੀ ਸੇਲ ਟੌਪ 15 ਦੇ ਵਿੱਚ ਰਹੀ ਆ ਐਸਯੂਵੀ ਦਾ ਸਮਾਂ ਚੱਲ ਰਿਹਾ ਬਹੁਤ ਜ਼ਿਆਦਾ ਐਸਯੂਵੀ ਵੇਖਦੀਆਂ ਕੁਝ ਤੇ ਬਹੁਤ ਜ਼ਿਆਦਾ ਵੇਖਦੀਆਂ ਤੇ ਕੁਝ ਬਿਲਕੁਲ ਹੀ ਨਹੀਂ ਵੇਖਦੀਆਂ ਸੋ ਜਿਹੜੀਆਂ ਬਿਲਕੁਲ ਨਹੀਂ ਵੇਖਦੀਆਂ ਉਹਨਾਂ ਦੀ ਗੱਲਬਾਤ ਅਸੀਂ ਅਗਲੀ ਵੀਡੀਓ ਚ ਕਰਾਂਗੇ ਸੋ ਟੌਪ 15 ਤੇ ਕਿਹੜੀਆਂ ਨੇ ਹੁਣ 15 ਦੇ ਵਿੱਚ ਇੱਕ ਨੰਬਰ ਹੋਰ ਐਡ ਕਰਨਾ ਪਿਆ 16ਵਾਂ ਨੰਬਰ 16ਵਾਂ ਨੰਬਰ ਕਿਉਂ ਐਡ ਕੀਤਾ ਕਿਉਂਕਿ ਉਹਦੇ ਵਿੱਚ ਹੀ ਕੀ ਥਾਰ ਤਥਾਰ ਨੂੰ ਆਪਾਂ ਮਿਸ ਨਹੀਂ ਕਰਨਾ ਚਾਹੁੰਦੇ ਸੋ ਥਾਰ ਸੇਲ ਹੋਈਆਂ ਅਗਸਤ 2024 ਚ 4268 ਗੱਡੀਆਂ ਸੇਲ ਕਾਫੀ ਜ਼ਿਆਦਾ ਡਾਊਨ ਆ ਗਈ ਥਾਰ ਦੀ ਉਹਦਾ ਕਾਰਨ ਰੌਕਸ ਰੌਕਸ ਨਾ ਆਉਂਦੀ ਤੇ ਥਾਰ ਦੀ ਸੇਲ 5000 ਤੋਂ 5200 ਗੱਡੀਆਂ ਹੈਗੀ ਸੀ ਚਲੋ ਕਾਫੀ ਡਾਊਨ ਆ ਗਈ ਇਸੇ ਕਰਕੇ ਇਹਦੇ ਤੇ 136000 ਤੋਂ ਲੈ ਕੇ 170000 ਰੁਪਏ ਤੱਕ ਦੇ ਡਿਸਕਾਊਂਟ ਚੱਲ ਰਿਹਾ ਤੇ ਵੈਸੇ ਜੇ ਐਕਚੁਅਲ ਜੋ ਐਕਸ਼ੋਰੂਮ ਪ੍ਰਾਈਸ ਆ 1135000 ਤੋਂ ਲੈ ਕੇ 1760000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਹੈਗਾ 15ਵੇਂ ਨੰਬਰ ਤੇ ਜੀ ਬਲੈਰੋ 6494 ਗੱਡੀਆਂ ਕੁੱਲ ਸੇਲ ਹੋਈਆਂ 9 ਲੱਖ 80 ਹਜ਼ਾਰ ਤੋਂ ਲੈ ਕੇ 10 ਲੱਖ 99 ਹਜ਼ਾਰ ਤੱਕ ਬਲੈਰੋ ਸਿੰਪਲ ਮਿਲਦੀ ਹੈ ਨਿਓ ਲੈਣੀ 9 ਲੱਖ 95 ਹਜ਼ਾਰ ਤੋਂ ਲੈ ਕੇ 12 ਲੱਖ 16 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 14ਵੇਂ ਨੰਬਰ ਤੇ ਜੀ ਟੋਇਟਾ ਹਾਈ ਰਾਈਡਰ 6534 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ 14 ਹਜ਼ਾਰ ਤੋਂ ਲੈ ਕੇ 19 ਲੱਖ 19 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 13ਵੇਂ ਨੰਬਰ ਤੇ ਜੀ ਕੀਆ ਸਲਟੋਸ 6536 ਗੱਡੀਆਂ ਕੁੱਲ ਸੇਲ ਹੋਈਆਂ 10 ਲੱਖ 90 ਹਜ਼ਾਰ ਤੋਂ ਲੈ ਕੇ 20 ਲੱਖ 45 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ 12ਵੇਂ ਨੰਬਰ ਤੇ ਹੁੰਡਾਈ ਐਕਸਟਰ 6632 ਗੱਡੀਆਂ ਕੁੱਲ ਸੇਲ ਹੋਈਆਂ 6 ਲੱਖ 13 ਹਜ਼ਾਰ ਤੋਂ ਲੈ ਕੇ 10 ਲੱਖ 43 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ 10ਵੇਂ ਨੰਬਰ ਤੇ ਜੀ ਮਹਿੰਦਰਾ 310 9000 ਗੱਡੀਆਂ ਕੁੱਲ ਸੇਲ ਹੋਈਆਂ 7.5 ਲੱਖ ਤੋਂ ਲੈ ਕੇ 15.5 ਲੱਖ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਔਰ 10ਵੇਂ ਨੰਬਰ ਤੇ ਹੈ Mahindra XUV 7W ਜਿਹੜੀ ਕਿ ਪੈਟਰੋਲ ਡੀਜ਼ਲ ਦੇ ਵਿੱਚ ਮਿਲ ਜਾਂਦੀ ਹੈ ਤਕਰੀਬਨ 2 ਤੋਂ 2.5 ਲੱਖ ਰੁਪਏ ਦਾ ਇਹਦੇ ਤੇ ਡਿਸਕਾਊਂਟ ਚੱਲ ਰਿਹਾ ਹੈ ਤੇ 9000 ਤੇ 7 ਗੱਡੀਆਂ ਕੁੱਲ ਸੇਲ ਹੋਈਆਂ 14 ਲੱਖ ਤੋਂ ਲੈ ਕੇ 26 ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 9ਵੇਂ ਨੰਬਰ ਤੇ ਜੀ ਗ੍ਰੈਂਡ ਵਟਾਰਾ ਅਮਰੂਤੀ ਸੋਕੀ ਦੀ ਕਾਫੀ ਵਧੀਆ ਸੇਲ ਹੋ ਰਹੀ ਹੈ 9000 ਤੇ 21 ਗੱਡੀਆਂ ਕੁੱਲ ਸੇਲ ਹੋਈਆਂ ਨੇ 10 ਲੱਖ 87 ਹਜ਼ਾਰ ਤੋਂ ਲੈ ਕੇ 19 ਲੱਖ 97 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਗ੍ਰੈਂਡ ਵਟਾਰਾ ਮਾਈਲਡ ਹਾਈਬ੍ਰਿਡ ਔਰ ਸਟਰੋਂਗ ਹਾਈਬ੍ਰਿਡ ਦੋ ਆਪਸ਼ਨਾਂ ਦੇ ਨਾਲ ਆਉਂਦੀ ਹੈ 8ਵੇਂ ਨੰਬਰ ਤੇ ਜੀ ਹੁੰਡਾਈ ਵੈਨਿਊ 9000 ਤੇ 85 ਗੱਡੀਆਂ ਕੁੱਲ ਸੇਲ ਹੋਈਆਂ ਵੈਨਿਊ ਪੈਟਰੋਲ ਡੀਜ਼ਲ ਮੈਨੂਅਲ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਆਉਂਦੀ ਹੈ ਨਵੇਂ-ਨਵੇਂ ਹੋਣ ਵੇਰੀਐਂਟ ਐਡ ਹੋਏ ਨੇ 7 ਲੱਖ 94000 ਤੋਂ ਲੈ ਕੇ 13 ਲੱਖ 48000 ਰੁਪਏ ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ 7ਵੇਂ ਨੰਬਰ ਤੇ ਜੀ ਸੋਨਟ 10000 ਤੇ 73 ਗੱਡੀਆਂ ਕੁੱਲ ਸੇਲ ਹੋਈਆਂ ਪੈਟਰੋਲ ਡੀਜ਼ਲ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਦੇ ਨਾਲ 8 ਲੱਖ ਤੋਂ ਲੈ ਕੇ 15 ਲੱਖ 70000 ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ 6ਵੇਂ ਨੰਬਰ ਤੇ ਜੀ ਟਾਟਾ ਨੈਕਸਨ 12000 ਤੇ 299 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ ਤੋਂ ਲੈ ਕੇ 15 ਲੱਖ 80000 ਤੱਕ ਐਕ 5ਵੇਂ ਨੰਬਰ ਤੇ ਜੀ ਫਰਾਂਕਸ ਫਰਾਂਕਸ ਦੀ ਸੇਲ ਬਹੁਤ ਜ਼ਿਆਦਾ ਹੋ ਰਹੀ ਆ ਫਰਾਂਕਸ ਐਕਸਪੋਰਟ ਵੀ ਬਹੁਤ ਵੱਡੀ ਮਾਤਰਾ ਚ ਕੀਤੀ ਜਾ ਰਹੀ ਆ ਤੇ ਬਹੁਤ ਜਲਦੀ ਇਹਦੇ ਵਿੱਚ ਅਡਾਸ ਵੀ ਆਉਣ ਵਾਲਾ 12387 ਗੱਡੀਆਂ ਕੁੱਲ ਸੇਲ ਹੋਈਆਂ 755000 ਤੋਂ ਲੈ ਕੇ 1340000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਚੌਥੇ ਨੰਬਰ ਤੇ ਜੀ ਸਕੋਰਪੀਓ ਕਲਾਸਿਕ ਸਕੋਰਪੀਓ ਐਨ ਦੋਨਾਂ ਦੀ ਸੇਲ ਮਿਲਾ ਕੇ 13787 ਗੱਡੀਆਂ ਕੁੱਲ ਸੇਲ ਹੋਈਆਂ 13 ਲੱਖ 62 ਹਜ਼ਾਰ ਤੋਂ ਲੈ ਕੇ 24 ਲੱਖ 54 ਹਜ਼ਾਰ ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਔਰ 30ਵੇਂ ਨੰਬਰ ਤੇ ਦੋਸਤੋ ਪੰਜ ਪੰਜ ਦੀ ਸੀਲ ਕਾਫੀ ਜ਼ਿਆਦਾ ਘਟ ਗਈ ਹੈ 15000 ਤੇ 643 ਗੱਡੀਆਂ ਸੇਲ ਹੋਈਆਂ ਨੇ ਤੇ 613000 ਤੋਂ ਲੈ ਕੇ 1020000 ਤੱਕ ਪੰਜ ਚ ਮਿਲ ਜਾਂਦੀ ਹੈ ਪੈਟਰੋਲ ਔਰ ਸੀਐਨਜੀ ਦੇ ਵਿੱਚ ਅਵੇਲੇਬਲ ਆ ਪੰਜ ਈਵੀ ਦੇ ਵਿੱਚ ਵੀ ਅਵੇਲੇਬਲ ਹੈਗੀ ਆ ਔਰ ਦੂਸਰੇ ਨੰਬਰ ਤੇ ਕ੍ਰੇਟਾ ਕ੍ਰੇਟਾ ਦੀ ਸੇਲ ਪਿਛਲੇ 2 ਮਹੀਨੇ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ 16762 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ ਤੋਂ ਲੈ ਕੇ 2015000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਔਰ ਪਹਿਲੇ ਨੰਬਰ ਤੇ ਜੀ ਅਮਰੂਤੀ ਸੁਕੀ ਦੀ ਬਰੀਜ਼ਾ 19190 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ 34 ਹਜ਼ਾਰ ਤੋਂ ਲੈ ਕੇ ਤੇ 14 ਲੱਖ 14 ਹਜ਼ਾਰ ਰੁਪਏ ਤੱਕ ਐਕਸ ਸ਼ੋਰੂਮ ਪ੍ਰਾਈਜ਼ ਬਰੀਜ਼ਾ ਮਿਲ ਜਾਂਦੀ ਹੈ ਬਰੀਜ਼ਾ ਨੇ ਬਹੁਤ ਤਗੜਾ ਰਿਕਾਰਡ ਤੋੜਿਆ ਬਰੀਜ਼ਾ ਜਿਹੜੀਆਂ ਸਾਰੀਆਂ ਗੱਡੀਆਂ ਸੇਲ ਹੁੰਦੀਆਂ ਉਹਦੇ ਵਿੱਚ ਵੀ ਪਹਿਲੇ ਨੰਬਰ ਤੇ ਆਈ ਹੈ ਤੇ ਐਸਯੂਵੀ ਸੈਗਮੈਂਟ ਦੇ ਵਿੱਚ ਵੀ ਪਹਿਲੇ ਨੰਬਰ ਤੇ ਆਈ ਹੈ ਸੋ ਕਾਫੀ ਵਧੀਆ ਸੇਲ ਰਹੀ ਹੈ ਮਾਈਲੇਜ ਠੀਕ ਮਿਲ ਜਾਂਦੀ ਹੈ ਜਿਹਦੇ ਕਰਕੇ ਵਿਗਦੀ ਹੈ ਸੋ ਇਹ ਸੀਗੀਆਂ ਟੌਪ 15 ਐਸਯੂਵੀ ਜਿਹੜੀਆਂ ਅਗਸਤ 2024 ਦੇ ਵਿੱਚ ਸੇਲ ਹੋਈਆਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ